ਮੰਮਾ ਮੇਰੀ ਨੌਕਰੀ ਲੱਗ ਗਈ। ਹੈਂ ਸੱਚੀ? ਸ਼ੁਕਰ ਆ ਵਾਹਿਗੁਰੂ ਤੇਰਾ। ਮੈਂ ਹੁਣੇ ਤੇਰੇ ਪਾਪਾ ਨੂੰ ਫੋਨ ਕਰਕੇ ਦੱਸਦੀ ਹਾਂ, ਉਹਨਾਂ ਦੀ ਮਿਹਨਤ ਦਾ ਮੁੱਲ ਮੁੜ ਗਿਆ। ਉਹਨਾਂ ਦੀ ਮਿਹਨਤ? ਮੇਰੀ ਮਿਹਨਤ ਹੈ ਮੰਮੀ, ਮੇਰੇ ਬਲਬੂਤੇ ਤੇ ਇਹ ਨੌਕਰੀ ਮਿਲੀ ਹੈ ਮੈਨੂੰ। ਜੇ ਉਹਨਾਂ ਦੇ ਸਿਰ ਤੇ ਬੈਠਾ ਹੁੰਦਾ ਨਾ ਤਾਂ ਦਿਹਾੜੀਆਂ ਹੀ ਕਰਦਾ ਹੁੰਦਾ। ਪੁੱਤ, ਉਹਨਾਂ ਦੀਆਂ ਲਾਈਆਂ ਦਿਹਾੜੀਆਂ ਕਰਕੇ ਕੋਈ ਇੰਨੇ ਜੋਗਾ ਹੋਇਆ? ਉਹ ਤੁਸੀਂ ਰਹਿਣ ਦਿਓ ਮੰਮੀ, ਖੁਸ਼ ਤਾਂ ਕੀ ਹੋਣਾ, ਮੂਡ ਹੀ ਖਰਾਬ ਕਰਕੇ ਰੱਖਦਾ। ਵੀਰੇ, ਤੂੰ ਮੈਨੂੰ ਕਹਿੰਦਾ ਸੀ ਨਾ ਕਿ ਤੈਨੂੰ ਮੈਂ ਕੱਲ ਕਹਾਣੀ ਸੁਣਾਉਂਗਾ, ਸੁਣਾ ਨਾ। ਚੁੱਪ ਕਰਕੇ ਕੰਮ ਕਰ ਲੈ ਆਪਣਾ, ਕਹਾਣੀ ਸੁਣਨੀ ਹੈ ਨੇ। ਚੱਲ ਪੁੱਤ, ਮੈਂ ਸੁਣਾਉਣੀ ਹੈ ਤੈਨੂੰ ਕਹਾਣੀ। ਹੈ ਦਾਦੀ, ਸੁਣਾਓ ਫਿਰ। ਇਹ ਕਹਾਣੀ ਹੈ ਦੋ ਦੋਸਤਾਂ ਦੀ, ਇੱਕ ਪੈਨਸਲ ਤੇ ਇੱਕ ਰਬੜ ਦੀ। ਇੱਕ ਦਿਨ ਪੈਨਸਲ ਨੇ ਰਬੜ ਤੋਂ ਮਾਫ਼ੀ ਮੰਗੀ। ਰਬੜ ਕਹਿੰਦੀ, ਮਾਫ਼ੀ ਕਿਹੜੀ ਗੱਲ ਦੀ, ਅਸੀਂ ਤਾਂ ਦੋਸਤ ਹਾਂ ਨਾ। ਪੈਨਸਲ ਕਹਿੰਦੀ, ਨਹੀਂ, ਜਦੋਂ ਮੈਂ ਕੁਛ ਲਿਖਦੀ ਹਾਂ ਨਾ ਤਾਂ ਕਦੀ ਕਦੀ ਮੇਰੇ ਤੋਂ ਗਲਤ ਲਿਖਿਆ ਜਾਂਦਾ, ਪਰ ਲੋਕ ਤਾਂ ਸਾਥ ਨਹੀਂ ਦਿੰਦੇ ਆ। ਅਤੇ ਘੱਸਦਾ ਘੱਸਦਾ ਇੱਕ ਦਿਨ ਖਤਮ ਹੋ ਜਾਣੀ। ਅਤੇ ਰਬੜ ਕਹਿੰਦਾ, ਚੱਲ ਕੋਈ ਨਾ, ਤੈਨੂੰ ਤਾਂ ਯਾਦ ਰਹੂਗਾ ਨਾ ਕਿ ਤੇਰੀਆਂ ਗਲਤੀਆਂ ਨੂੰ ਮਿਟਾਉਣ ਵਾਲਾ ਕੋਈ ਸੀ। ਅਤੇ ਪੁੱਤ, ਆਪਣੀ ਜ਼ਿੰਦਗੀ 'ਚ ਅਸੀਂ ਪੈਨਸਲ ਅਤੇ ਸਾਡੇ ਮਾਂ ਬਾਪ ਰਬੜ ਹੁੰਦੇ ਨੇ। ਜਦੋਂ ਵੀ ਇਹ ਪੈਨਸਲ ਗਲਤੀ ਕਰਦੇ ਹੈ ਨਾ ਤਾਂ ਸਭ ਤੋਂ ਪਹਿਲਾਂ ਭੱਜ ਕੇ ਰਬੜ ਆਉਂਦੀ ਹੈ। ਅਤੇ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇੱਕ ਦਿਨ ਇੱਦਾਂ ਦਾ ਵੀ ਆਊਗਾ ਜਦੋਂ ਸਾਡੀ ਰਬੜ ਸਾਡੇ ਨਾਲ ਨਹੀਂ ਹੋਊਗੀ। ਪਰ ਉਹ ਰਬੜ ਜਦੋਂ ਤੱਕ ਨਾਲ ਰਹਿੰਦੀ ਹੈ ਨਾ ਤਾਂ ਆਪਣੀ ਪੂਰੀ ਵਾਹ ਲਾ ਦਿੰਦੀ ਹੈ ਕਿ ਮੈਂ ਆਪਣੀ ਪੈਨਸਲ ਨੂੰ ਇੱਦਾਂ ਦਾ ਬਣਾ ਦੇਵਾਂ ਅਤੇ ਦੁਨੀਆ ਦੇਖ ਕੇ ਤਾਲੀ ਵਜਾਏ। The moral of the story is always respect your parents. ਆਪਣਾ ਆਪ ਵਾਰ ਕੇ ਤੁਹਾਡੀ ਪਛਾਣ ਲੈਣ ਵਾਲਾ ਕੋਈ ਹੋਰ ਨਹੀਂ, ਤੁਹਾਡੇ ਮਾਂ ਪਿਓ ਹੀ ਹੁੰਦੇ ਆ।